ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਇਹ ਤਸਵੀਰ ਦੇਖ ਕੇ ਪਛਾਣ ਲਿਆਉਣਾ ਹੈ ਕਿ ਉਹੀ ਜ਼ਮੀਨ ਹੈ ਆਪਣੀ ਇਹ 7 ਕਨਾਲ ਜਿਹੜੀ ਕਿ ਡਬਲ ਕਾਰਪੇਟ ਮੇਨ ਰੋਡ 'ਤੇ ਇਹਦਾ 200 ਫੁੱਟ ਫਰੰਟ ਹੈਗਾ। ਕਿਉਂਕਿ ਪਹਿਲੇ ਵੀ 2 ਦਫ਼ਾ ਮੈਂ ਇਹਦੀ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ ਦੋਸਤੋ। ਇੱਕ ਵਾਰ ਫਿਰ ਅਪਲੋਡ ਕਰਨ ਦਾ ਇਹੀ ਮਕਸਦ ਹੈ, ਜਿਵੇਂ ਕਿ ਦੋਸਤਾਂ ਨੂੰ ਮੈਂ ਪਹਿਲੇ ਵੀ ਇਹ ਗੱਲ ਕੀਤੀ ਸੀ 2 ਵਾਰ ਕਿ ਇਹ ਜ਼ਮੀਨ ਅਰਜੈਂਟ ਬਰਾਏ ਸੇਲ ਹੈ, ਯਾਨੀ ਕਿ ਫੌਰੀ ਬਰਾਏ ਸੇਲ ਹੈ। ਲੋਕੇਸ਼ਨ ਦੇ ਹਿਸਾਬ ਨਾਲ, ਸਹੂਲੀਅਤ ਦੇ ਹਿਸਾਬ ਨਾਲ ਇੰਤਹਾਈ ਕਮ ਕੀਮਤ ਵਿੱਚ ਇਹ ਜ਼ਮੀਨ ਬਰਾਏ ਸੇਲ ਹੈ ਦੋਸਤੋ। ਇਹ ਕੋਈ ਗੱਲਾਂ ਬਾਤਾਂ ਨਹੀਂ ਹੈਗੀਆਂ, ਇਹ ਨਹੀਂ ਕਿ ਪਤਾ ਨਹੀਂ ਅਬਦੁਲ ਵਾਹਦ ਬਸ ਐਵੇਂ ਗੱਲ ਕਰਦਾ ਪਿਆ ਕਿ ਇਹ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੋਣੀ ਹੈ। ਤੁਸੀਂ ਦੋਸਤ ਜਦੋਂ ਮੌਕੇ 'ਤੇ ਆਓਗੇ ਨਾ ਦੋਸਤੋ, ਇਵੇਂ ਨਜ਼ਰ ਮਾਰਨ ਨਾਲ, ਗੱਲਬਾਤ ਸੁਣਨ ਨਾਲ ਅਕਸਰ ਨਹੀਂ ਪਤਾ ਚੱਲਦਾ। ਜਦੋਂ ਤੁਸੀਂ ਦੋਸਤ ਮੌਕੇ 'ਤੇ ਆਓਗੇ ਨਾ, ਤਾਂ ਮੈਂ ਸ਼ੋਰਟੀ ਨਾਲ ਗੱਲ ਕੀਤੀ ਜਾਂਦਾ, ਤੁਸੀਂ ਖੁਦ ਇਹ ਗੱਲ ਮੰਨੋਗੇ ਕਿ ਵਾਕਈ ਭਾਈ ਅਬਦੁਲ ਵਾਹਿਦ ਇਹ ਜ਼ਮੀਨ ਦੀ ਕੀਮਤ ਲੋਕੇਸ਼ਨ ਦੇ ਹਿਸਾਬ ਨਾਲ ਬੜੀ ਕਮ ਹੈਗੀ ਜੀ। ਇਹ ਸਾਹਮਣੇ ਜਿਵੇਂ ਕਿ ਮੈਂ ਜ਼ੂਮ ਕੀਤਾ ਹੈ, ਇਹ ਚੰਦ ਤਸਵੀਰਾਂ ਦੋਸਤਾਂ ਨੂੰ ਮੈਂ ਦਿਖਾਉਂਦਾ ਪਿਆ ਨਾ, ਇਹ ਜ਼ੂਮ ਕੀਤਾ ਹੈ, ਯਾਨੀ ਕਿ ਆਬਾਦੀ ਦੇ ਬਿਲਕੁਲ ਨਾਲ। ਬਾਕੀ ਦੋਸਤੋ ਇਹ ਕੋਈ ਆਮ ਆਬਾਦੀ ਨਹੀਂ ਹੈਗੀ, ਮੈਂ ਦੋਸਤਾਂ ਨੂੰ ਪਹਿਲੇ ਵੀ 2 ਦਫ਼ਾ ਇਹ ਜ਼ਿਕਰ ਕੀਤਾ ਸੀ, ਇਹ ਕੋਈ ਆਮ ਆਬਾਦੀ ਨਹੀਂ ਹੈਗੀ। ਇੱਥੇ 1 ਲੱਖ ਰੁਪਏ ਦਾ, 1.5 ਲੱਖ ਰੁਪਏ ਦਾ ਫੀ ਮਰਲਾ ਪਲਾਟ ਸੇਲ ਹੋ ਰਹੇ ਨੇ। ਉਹ ਸਾਹਮਣੇ ਤਕਰੀਬਨ 2 ਏਕੜ ਦਾ ਫਾਸਲਾ ਹੈ ਆਪਣੀ ਇਸ ਜ਼ਮੀਨ ਤੋਂ ਲੈ ਕੇ ਜਿਹੜੀ ਜਗ੍ਹਾ 'ਤੇ ਪਲਾਟ 1 ਲੱਖ 1.5 ਲੱਖ ਫੀ ਮਰਲੇ ਦੇ ਹਿਸਾਬ ਨਾਲ ਸੇਲ ਹੋ ਰਹੇ ਨੇ। ਅਤੇ ਜਦੋਂ ਤੁਸੀਂ ਦੋਸਤ ਮੌਕੇ 'ਤੇ ਆਓਗੇ, ਆਪਾਂ ਤੁਹਾਨੂੰ ਇਸ ਜਗ੍ਹਾ 'ਤੇ ਆਪਣੀ ਜ਼ਮੀਨ ਦੇ ਕਰੀਬ, ਯਾਨੀ ਕਿ ਐਸੇ ਡਬਲ ਕਾਰਪੇਟ ਰੋਡ 'ਤੇ ਪੈਟਰੋਲ ਪੰਪ ਦਿਖਾਵਾਂਗੇ, ਯਾਨੀ ਕਿ ਇਹ ਪੈਟਰੋਲ ਪੰਪ ਏਰੀਆ ਹੈਗਾ ਜੀ। ਯਾਨੀ ਕਿ ਇਹ ਜ਼ਮੀਨ ਕੋਈ ਐਸੀ ਨਹੀਂ ਹੈਗੀ ਜਿਹੜੀ ਸਿਰਫ ਬਾਗਾਤ ਵਾਸਤੇ ਜਾਂ ਫਿਰ ਫਾਰਮ ਹਾਊਸ ਵਾਸਤੇ ਜਾਂ ਫਿਰ ਜ਼ਰਾਇਤ ਵਾਸਤੇ ਹੋਵੇ, ਨਹੀਂ ਦੋਸਤੋ, ਇਹ ਪਲਾਟ ਦੀ ਕਟਿੰਗ ਵਾਸਤੇ ਅਤੇ ਪੈਟਰੋਲ ਪੰਪ ਵਾਸਤੇ ਆਪਣੇ ਕੋਲ ਬੜਾ ਖਾਸ ਮੌਕਾ ਹੈਗਾ ਜੀ ਦੋਸਤੋ। ਜਿਵੇਂ ਕਿ ਤੁਹਾਨੂੰ ਸਾਹਮਣੇ ਸਕਰੀਨ 'ਤੇ ਚੰਦ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਆਪਾਂ ਤਸਵੀਰਾਂ ਲੈ ਕੇ ਇਹ ਵੀਡੀਓ ਬਣਾਈਏ ਦੋਸਤੋ, ਉਹਦਾ ਮਕਸਦ ਸਿਰਫ ਇਹ ਹੀ ਹੈ ਕਿ ਇੱਕ ਵੀਡੀਓ ਬਾਰ ਬਾਰ ਆਪਾਂ ਯੂਟਿਊਬ 'ਤੇ ਨਹੀਂ ਦਿਖਾ ਸਕਦੇ। ਇਹ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਇਸ ਜ਼ਮੀਨ ਦੀ ਪਹਿਲੇ 2 ਦਫ਼ਾ ਮੁਕੰਮਲ ਤਫਸੀਲਨ ਵੀਡੀਓ ਅਪਲੋਡ ਹੋ ਚੁੱਕੀ ਹੈ, 2 ਦਫ਼ਾ, 1 ਦਫ਼ਾ ਨਹੀਂ 2 ਦਫ਼ਾ। ਲਿਹਾਜ਼ਾ ਬਾਰ ਬਾਰ ਆਪਾਂ ਯੂਟਿਊਬ 'ਤੇ ਇੱਕ ਵੀਡੀਓ ਨਹੀਂ ਦਿਖਾ ਸਕਦੇ। ਤੁਸੀਂ ਆਪਣੀ ਇੱਕ ਗੱਲ ਅੱਛੀ ਤਰ੍ਹਾਂ ਨੋਟ ਕਰ ਲੈਣੀ ਹੈ, ਯਾਦ ਕਰ ਲੈਣੀ ਹੈ, ਜਿਵੇਂ ਕਿ ਮੈਂ ਇਹਦੀ ਵੀਡੀਓ ਪਹਿਲੇ 2 ਦਫ਼ਾ ਅਪਲੋਡ ਕੀਤੀ ਸੀ ਨਾ, ਅਤੇ 3-4 ਦੋਸਤ ਮੇਰੇ ਨਾਲ ਰਾਬਤੇ ਵਿੱਚ ਵੀ ਆਏ ਸਨ, ਅਤੇ ਸ਼ਾਇਦ ਉਹ ਇਹ ਸਮਝਦੇ ਪਏ ਸਨ ਕਿ ਪਤਾ ਨਹੀਂ ਇਹ ਜ਼ਮੀਨ ਇਹ ਜ਼ਰਾਇਤ ਲਈ ਜਾਂ ਫਿਰ ਫਾਰਮ ਹਾਊਸ ਲਈ, ਬਾਗਾਤ ਲਈ, ਇਹਨਾਂ ਚੀਜ਼ਾਂ ਵਾਸਤੇ ਹੈ। ਲੇਕਿਨ ਨਹੀਂ ਦੋਸਤੋ, ਇਸ ਤਰ੍ਹਾਂ ਨਹੀਂ ਹੈਗਾ। ਇਹ ਜ਼ਮੀਨ ਇਹਨਾਂ ਚੀਜ਼ਾਂ ਦੇ ਨਾਲ ਨਾਲ ਖਾਸ ਤੌਰ 'ਤੇ ਪੈਟਰੋਲ ਪੰਪ ਲਈ
ਪੈਟਰੋਲ ਪੰਪ ਲਈ ਅਤੇ ਪਲਾਂਟ ਦੀ ਕਟਿੰਗ ਲਈ ਆਪਣੇ ਕੋਲ ਬਹੁਤ ਖਾਸ ਅਤੇ ਬਹੁਤ ਕਮ ਕੀਮਤ ਵਿੱਚ ਮੌਕਾ ਹੈਗਾ ਜੀ। ਇਹ ਦੋਸਤਾਂ ਨੂੰ ਮੈਂ ਗੱਲ ਵਾਰ ਵਾਰ ਕਰਦਾ ਪਿਆ। ਬਾਕੀ ਦੋਸਤੋ ਡਿਮਾਂਡ ਉਵੇਂ ਹੀ ਹੈ ਜਿਵੇਂ ਕਿ ਆਪਾਂ ਪਹਿਲੇ ਵੀ ਡਿਮਾਂਡ ਇਹਦੀ ਕੀਤੀ ਸੀ ਫਾਈਨਲ, ਅਤੇ ਹੁਣ ਵੀ ਇਹਦੀ ਉਵੇਂ ਡਿਮਾਂਡ ਹੈਗੀ ਜੇ, ਯਾਨੀ ਕਿ 40 ਲੱਖ ਰੁਪਇਆ ਮੁਕੰਮਲ ਇਹ 7 ਕਨਾਲ ਜਗ੍ਹਾ ਦੀ ਫਾਈਨਲ ਡਿਮਾਂਡ, 40 ਲੱਖ ਰੁਪਇਆ ਇਹ 7 ਕਨਾਲ ਜਗ੍ਹਾ ਦੀ ਇਹ ਬਿਲਕੁਲ ਫਾਈਨਲ ਡਿਮਾਂਡ ਹੈਗੀ ਜੀ ਦੋਸਤੋ। ਇਹ 7 ਕਨਾਲ ਜ਼ਮੀਨ ਹੈ ਅਤੇ 200 ਫੁੱਟ ਇਹਦਾ ਫਰੰਟ ਹੈਗਾ ਜੀ। ਇਹ ਡਬਲ ਮੇਨ ਕਾਰਪੇਟ ਰੋਡ 'ਤੇ ਇਹਦਾ 200 ਫੁੱਟ ਫਰੰਟ ਹੈਗਾ ਹੈ। ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਜੀ। ਤਫਸੀਲ ਵਾਲੀ ਵੀਡੀਓ ਜਿਹੜੀ ਹੈ ਮੈਂ ਪਹਿਲੇ 2 ਦਫਾ ਅਪਲੋਡ ਕਰ ਚੁੱਕਿਆ, ਤੁਹਾਨੂੰ ਦੋਸਤਾਂ ਨੂੰ ਉਹਨਾਂ ਦੇ ਲਿੰਕ ਇਸ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਯਾਨੀ ਕਿ ਪਹਿਲੇ ਵਾਲੀ ਵੀਡੀਓ ਜਿਹੜੇ ਦੋਸਤਾਂ ਨੇ ਨਾ ਵੇਖੀਆਂ ਹੋਣ ਉਹਨਾਂ ਦੇ ਲਿੰਕ ਤੁਹਾਨੂੰ ਇਸ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਅਤੇ ਦੋਸਤੋ ਮੇਰਾ ਵਟਸਐਪ ਨੰਬਰ ਵੀ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਲੱਗਿਆ ਹੁੰਦਾ ਜੀ। ਅਤੇ ਬਾਕੀ ਦੋਸਤੋ ਨੂੰ ਮੈਂ ਇਹ ਗੱਲ ਪਹਿਲੇ ਵੀ ਕੀਤੀ ਸੀ, ਦੁਬਾਰਾ ਫਿਰ ਇਹ ਗੱਲ ਕਰਦਾ ਪਿਆ ਕਿ ਇਹ ਜ਼ਮੀਨ ਸ਼ਹਿਰ ਤੋਂ ਵੀ 4 ਕਿਲੋਮੀਟਰ ਫਾਸਲੇ 'ਤੇ ਮੌਜੂਦ ਹੈ ਅਤੇ ਡਬਲ ਚਕਵਾਲ ਮੇਨ ਰੋਡ ਤੋਂ ਵੀ ਇਹ ਜ਼ਮੀਨ 4 ਕਿਲੋਮੀਟਰ ਫਾਸਲੇ 'ਤੇ ਮੌਜੂਦ ਹੈ। ਮੇਨ ਸ਼ਹਿਰ ਤੋਂ ਵੀ 4 ਕਿਲੋਮੀਟਰ ਫਾਸਲਾ ਅਤੇ ਡਬਲ ਮੇਨ ਰੋਡ ਤੋਂ ਵੀ 4 ਕਿਲੋਮੀਟਰ ਫਾਸਲਾ ਹੈ। ਇਹ ਕੋਈ ਆਮ ਲਿੰਕ ਰੋਡ ਜਾਂ ਕੋਈ ਆਮ ਕਾਰਪੇਟ ਰੋਡ ਨਹੀਂ ਹੈਗਾ, ਤੁਸੀਂ ਦੋਸਤ ਮੌਕੇ 'ਤੇ ਆ ਕੇ ਚੈੱਕ ਕਰੋ, ਇਹ ਡਬਲ ਮੇਨ ਕਾਰਪੇਟ ਰੋਡ ਹੈ ਦੋਸਤੋ, ਇਹ ਡਬਲ ਕਾਰਪੇਟ ਰੋਡ ਹੈ। ਤੁਸੀਂ ਦੋਸਤੋ ਮੌਕੇ 'ਤੇ ਆ ਕੇ ਇਸ ਰੋਡ ਨੂੰ ਚੈੱਕ ਕਰੋ। ਹਾਜੀ ਅਰਫਾਨ ਅਬਾਸ ਸਾਹਿਬ ਦੇ ਦੋਸਤਾਂ ਨੂੰ ਸਾਹਮਣੇ ਸਕਰੀਨ 'ਤੇ ਦੋਵੇਂ ਨੰਬਰ ਮਿਲ ਗਏ ਹੋਣਗੇ, ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਨੰਬਰ ਨੀਚੇ ਵਾਲਾ ਕਾਲ 'ਤੇ। ਯਾਨੀ ਕਿ ਤੁਹਾਡੀ ਸਹੂਲਤ ਲਈ, ਤੁਹਾਡੀ ਆਸਾਨੀ ਲਈ ਸਾਹਮਣੇ ਸਕਰੀਨ 'ਤੇ 2 ਨੰਬਰ ਮੌਜੂਦ ਹੈਗੇ ਨੇ, ਅਤੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ। ਅਤੇ ਦੋਸਤੋ ਇਨਸ਼ਾਅੱਲਾ ਤਾਲਾ ਬਸ਼ਰਤੇ ਜ਼ਿੰਦਗੀ ਬਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼।